ਮਾਮਲੀ ਕਹਾਥੁਣੀ ਨੂੰ ਲੈ ਕੇ ਆਏ ਦਿਨ ਵਧਦੀਆਂ ਜਾ ਰਹੀਆਂ ਹਨ ਘਟਨਾਵਾਂ। ਤਾਜ਼ਾ ਮਾਮਲਾ ਹੈ ਲੁਧਿਆਣਾ ਦੇ ਤਾਜਪੁਰ ਰੋਡ ਦਾ, ਜਿੱਥੇ ਇੱਕ ਵਿਅਕਤੀ ਨੇ ਕੁਝ ਨੌਜਵਾਨਾਂ ਨੂੰ ਆਪਣੇ ਘਰ ਦੇ ਬਾਹਰ ਖੜਨ ਤੋਂ ਰੋਕਿਆ ਤਾਂ ਗੁੱਸੇ 'ਚ ਆਏ ਨੌਜਵਾਨਾਂ ਨੇ ਉਸ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮੇਨ ਰੋਡ ਜਾਮ ਕਰ ਆਰੋਪੀਆਂ ਖਿਲਾਫ਼ ਜਲਦ ਕਾਰਵਾਈ ਦੀ ਮੰਗ ਕੀਤੀ ਹੈ। ਤਾਰਨ ਕੀ ਹੈ ਲੜਾਈ ਦਾ ਜਿਹੜਾ ਕੇਸ਼ਵ ਰਾਣਾ ਵਾ ਹਲਵਾਈ ਉਹਦਾ ਭੋਲੇ ਦਾ ਮੁੰਡਾ, ਉਹਨੇ ਹਿੱਟ ਮਾਰੀ ਡੈਡੀ ਦੇ, ਡੈਡੀ ਬੱਚੀ ਆ ਗਈ ਹਾਰਟ ਦੇ ਉੱਤੇ ਅਤੇ ਹਾਰਟ ਹੋ ਗਿਆ ਬ੍ਰੇਕ, ਰੋਕਿਆ ਜਾਂਦੇ ਹਾਰਟ, ਠੀਕ ਹੈ ਨਾ, ਹਾਰਟ ਬੀਟ ਬੰਦ ਹੋ ਗਈ ਅਤੇ ਔਨ ਦਾ ਸਪੋਟ ਡੈਥ ਹੋ ਗਈ, ਠੀਕ ਹੈ ਨਾ ਜੀ। ਘਰ ਸਾਡੇ ਕੋਈ ਕਮਾਉਣ ਵਾਲਾ ਨਹੀਂ ਸੀਗਾ, ਮੇਰਾ ਫਾਦਰ ਸੀਗਾ, ਠੀਕ ਹੈ ਨਾ, ਮੈਂ ਵੀ ਇੱਕ ਜੋਬ ਕਰਦਾ ਪਿਆ, ਬਟ ਮੇਰੇ ਕੋਲ ਖਾਸ ਨਹੀਂ ਹੈਗੇ। ਕੁਛ ਨਹੀਂ ਲਿਖਿਆ, ਅੱਜ ਜਿਹੜਾ ਧਰਨਾ ਦਿੱਤਾ ਉਸੀ ਰੋਸ਼ ਵਿੱਚ ਦਿੱਤਾ, ਮੈਂ ਦਿੱਤਾ ਜੀ। ਅਤੇ ਹੁਣ ਕੀ ਮੰਗ ਕਰਦੇ ਹੋ, ਕੀ ਮੰਗ ਕੀ ਕਰਦੇ ਹੋ ਤੁਸੀਂ? ਪਹਿਲਾਂ ਦੇਖੋ ਆਪਣੀ ਲਿਖੋ, ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮੇਨ ਰੋਡ ਜਾਮ ਕਰ ਆਰੋਪੀਆਂ ਖਿਲਾਫ਼ ਜਲਦ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪੁਲਿਸ ਨੇ ਧਰਨੇ ਨੂੰ ਬੰਦ ਕਰਵਾਉਂਦਿਆਂ ਆਰੋਪੀਆਂ ਨੂੰ ਜਲਦ ਕਾਬੂ ਕਰਨ ਦੀ ਗੱਲ ਕਹੀ ਹੈ। ਉਹਨਾਂ ਨੂੰ ਇਹ ਦੱਸਿਆ ਵੀ ਬੰਦੇ ਜਿਹੜੇ ਫੜੇ ਨਹੀਂ ਗਏ ਹਲੇ ਤੱਕ, ਲੇਕਿਨ ਪਾਰਟੀਆਂ ਭੇਜੀਆਂ ਹੋਈਆਂ, ਫੜਨ ਲਈ ਟਾਈਮ ਤਾਂ ਲੱਗਦਾ, ਮਰਡਰ ਹੋਇਆ ਤਾਂ ਅਗਲਾ ਘਰੇ ਥੋੜ੍ਹੀ ਬੈਠੂਗਾ, ਜਲਦੀ ਉਹਨਾਂ ਨੂੰ ਅਸੀਂ ਫੜ ਲਾਂਗੇ, ਰਿਜ਼ਲਟ ਜਿਹੜਾ ਉਹ ਮੋਸਟ ਪ੍ਰੋਬੇਬਲੀ ਸ਼ਾਮ ਤੱਕ ਜਾਂ ਕੱਲ੍ਹ ਤੱਕ ਹੀ ਤੁਹਾਡੇ ਸਾਹਮਣੇ ਲਿਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।